ਬਠਿੰਡਾ ਜੇਲ੍ਹ ਚ ਬਈ ਮੋਬਾਈਲ ਨਹੀਂ ਅਲਾਊਡ ਹੈਗੇ ਆ ਔਰ ਜਨਰਲੀ ਉਹਨਾਂ ਕੋਲ ਮੋਬਾਈਲ ਕਿਸੇ ਕੋਲ ਨਹੀਂ ਹੈਗੇ ਬਾਕੀ ਜੇਲ੍ਹਾਂ ਚ ਮੋਬਾਈਲ ਹੈਗੇ ਆ ਪਰ ਬਈ ਉਹ ਮੋਬਾਈਲ ਇਹ ਆਪ ਹੀ ਦਿੰਦੇ ਨੇ ਇਹਨਾਂ ਨੇ ਪੈਸੇ ਰੱਖੇ ਹੋਏ ਆ ਬਈ ਕੀ ਜਿਹੜਾ ਛੋਟਾ ਫੋਨ ਹੈ ਉਹ 10,000 ਰੁਪਏ ਦਾ ਜਿਹੜਾ ਟੱਚ ਸਕਰੀਨ ਫੋਨ ਹੈ ਜਿਹਦੇ ਤੇ ਵਟਸਐਪ ਚੱਲ ਸਕੇ ਉਹ 50,000 ਰੁਪਏ ਇਹ ਮਸਲਾ ਕਿਉਂ ਉੱਠਿਆ ਹੜਤਾਲ ਤੇ ਬੈਠਣਾ ਵੱਡੀ ਗੱਲ ਹੁੰਦੀ ਹੈ ਚਲੋ ਚਾਹੇ ਗੈਂਗਸਟਰ ਨੇ ਕਿ ਜਿੰਨਾ ਚਿਰ ਕਨਵਿਕਟਡ ਨਹੀਂ ਹੁੰਦੇ ਆਪਾਂ ਕਹਿੰਦੇ ਆ ਵੀ ਉਹਨਾਂ ਦੇ ਵੀ ਰਾਈਟ ਉਹ ਨਹੀਂ ਬਣਦੇ ਨੇ ਪਰ ਆਖਰਕਾਰ ਮਸਲਾ ਉੱਠਿਆ ਕਿਉਂ ਇਹਨਾਂ ਨੂੰ ਟੀਵੀ ਕਿਉਂ ਚਾਹੀਦਾ ਇਹਨਾਂ ਨੂੰ ਜਿਹੜੀ ਡਿਮਾਂਡ ਹੈ ਟੀਵੀ ਦੀ ਕੋਈ ਇਹ ਡਿਮਾਂਡ ਨਹੀਂ ਕਿ ਵੀ ਸਾਨੂੰ ਟਾਟਾ ਸਕਾਈ ਲਵਾ ਕੇ ਦਿੱਤਾ ਜਾਵੇ ਜਾਂ ਸਾਨੂੰ IPL ਵੇਖਣੀ ਹੈ ਸਿਰਫ ਇਹ ਹੈ ਵੀ ਕੋਈ ਜਿਹੜਾ ਫ੍ਰੀ ਚੈਨਲ ਦੂਰਦਰਸ਼ਨ ਚੱਲਦਾ ਜਿਹਦੇ 'ਚ ਕੋਈ ਖਬਰਾਂ ਸੁਣ ਸਕਣ ਜਾਂ ਕੋਈ ਭਗਤੀ ਵਾਲਾ ਕੋਈ ਚੈਨਲ ਵੇਖ ਸਕਣ ਪਰ ਇਹਦੇ 'ਚ ਫਿਰ ਜਿਹੜੀ ਇਹਨਾਂ ਨੇ ਫੋਨ ਤੇ ਗੱਲਬਾਤ ਦੀ ਕਰੀ ਕੀ ਗੱਲ ਕਰਨਾ ਚਾਹੁੰਦੇ ਨੇ ਕਿਸੇ ਦੇ ਨਾਲ ਕਿਉਂਕਿ ਫੋਨ ਦੇ ਵੈਸੇ ਕਿ ਇੱਕ ਲਿਮਿਟਡ ਤਾਂ ਕਹਿੰਦੇ ਯੂਜ਼ ਹੈਗਾ ਸ਼ਾਇਦ ਜੇਲ੍ਹ ਦੇ ਵਿੱਚ ਪਹਿਲੇ ਫੋਨ ਕਾਲਸ 5 ਅਲਾਊਡ ਸੀ ਵੀ ਇੱਕ ਦਿਨ 'ਚ ਇਹ 5 ਨੰਬਰਾਂ ਤੇ ਕਾਲ ਕਰ ਸਕਦੇ ਆ ਜੇਲ੍ਹ ਦੇ ਲੈਂਡਲਾਈਨ ਤੋਂ ਹੁੰਦੀ ਆ ਉਹਦੇ PCO ਤੋਂ ਜੇਲ੍ਹ ਦੇ PCO ਤੋਂ ਫਿਰ ਉਹ 5 ਤੋਂ ਘਟਾ ਕੇ 3 ਕਰਤੀ ਹੁਣ ਫਿਰ 5 ਕਰਤੀਆਂ ਦੁਬਾਰੇ ਤੋਂ ਰੀਸੈਂਟਲੀ 2-4 ਦਿਨ ਪਹਿਲੇ ਹੁਣ ਪ੍ਰੋਬਲਮ ਇੱਥੇ ਇਹ ਹੈ ਕਿ ਫੋਨ ਕਾਲ ਤਾਂ ਸਿਰਫ 5 ਕਰ ਸਕਦੇ ਆ 5 ਚਲੋ ਇੱਕ ਆਪਦੇ ਘਰੇ ਕਰ ਲਈ ਮਦਰ ਫਾਦਰ ਹੁਣ ਜਿਹੜੇ ਜੇ ਕੋਈ ਬੰਦਾ ਏ ਕੈਟਾਗਰੀ ਦਾ ਗੈਂਗਸਟਰ ਹੈ ਉਹਨੂੰ 20 ਕੇਸ ਠੀਕ ਹੈ ਕਾਲ ਤੋਂ 5 ਹੀ ਕਰ ਸਕਦਾ ਤੇ ਉਹ ਆਪਦੇ ਐਡਵੋਕੇਟ ਨਾਲ ਕਿਵੇਂ ਗੱਲ ਕਰੂਗਾ ਉਹਦੇ ਕੇਸ ਕਿਵੇਂ ਚੱਲਣਗੇ ਤੁਸੀਂ ਯਕੀਨ ਜਾਣਿਓ ਵੀਰ ਜੀ ਵੀ 2015 ਦੇ ਕੇਸ ਪੈਂਡਿੰਗ ਪਏ ਨੇ ਔਰ ਟ੍ਰਾਇਲ ਨਹੀਂ ਸ਼ੁਰੂ ਹੋਇਆ ਅਜੇ ਤੱਕ ਸਰਕਾਰ ਨੂੰ ਮੇਲ ਪਾਈ ਸੀ ਸਾਡੀ ਰਿਟ ਤਿਆਰ ਸੀ ਅਸੀਂ ਕੱਲ ਸਵੇਰ ਰਿਟ ਫਾਈਲ ਕਰਨੀ ਸੀਗੀ ਲੇਕਿਨ ਉਸ ਤੋਂ ਪਹਿਲੇ ਭਗਵੰਤ ਮਾਨ ਸਾਹਿਬ ਦਾ ਸਾਨੂੰ ਆਫਿਸ ਤੋਂ CMO ਆਫਿਸ ਤੋਂ ਮੇਲ ਦਾ ਜਵਾਬ ਆ ਗਿਆ ਉਹਦੇ 'ਚ ਉਹਨਾਂ ਨੇ ਜਿਹੜਾ ਐਡਮਿਨਿਸਟ੍ਰੇਟਿਵ ਹੈ ਸੈਕਟਰੀ ਜੇਲਸ ਐਂਡ ਜੇਲ ਸੁਪਰਡੈਂਟ ਉਹਨਾਂ ਨੂੰ ਇਹ ਆਰਡਰ ਕਰਦੇ ਨੇ ਕਿ ਵੀ ਫਾਲੋ ਅਪ ਕਰੋ ਤੁਸੀਂ ਕਹਿੰਦੇ ਇਹ ਪੈਸੇ ਨਾਲ ਮੋਈਆ ਕਰਾਉਂਦੇ ਨੇ ਸਿਸਟਮ ਇਹ ਰੁਕਦਾ ਕਿਉਂ ਨਹੀਂ ਹੈਗਾ ਇਹਦੇ 'ਚ ਆਖਰ ਦੇਖਿਆ ਜਾਵੇ ਲੂਜ਼ ਪੋਲ ਕਿੱਥੇ ਰਹਿ ਜਾਂਦਾ ਲੂਜ਼ ਪੋਲ ਕਰਪਸ਼ਨ ਹੀ ਹੈ ਜੀ ਹੁਣ ਇੰਨੀਆਂ ਇੰਨੀਆਂ ਤਨਖਾਹਾਂ ਲੈਂਦੇ ਨੇ ਜੀ ਜੇਲ੍ਹ ਵਾਲੇ ਫਿਰ ਵੀ ਜੇ ਕੰਮ ਕਰਨ ਤੇ ਮਾੜੀ ਗੱਲ ਹੈ ਜੀ ਜੇ ਜੇਲ੍ਹਾਂ 'ਚ ਮੋਬਾਈਲ ਜਾਣੇ ਬੰਦ ਹੋ ਜਾਣ ਕ੍ਰਾਈਮ ਖਤਮ ਹੋ ਜਾਏਗਾ ਜੀ ਬਹੁਤ ਅੱਛੀ ਸਿਕਿਉਰਿਟੀ ਵਾਈਜ ਬਠਿੰਡਾ ਜੇਲ੍ਹ ਨੰਬਰ 1 ਤੇ ਹੈ ਜੀ ਪੰਜਾਬ 'ਚ ਬਹੁਤ ਵਧੀਆ ਸਿਕਿਉਰਿਟੀ ਸਟਾਫ ਹੈ ਅੰਦਰ ਉਹ ਇਸੇ ਕਰਕੇ ਉੱਥੇ ਮੋਬਾਈਲ ਨਹੀਂ ਚੱਲਦੇ ਬਾਕੀ ਪੰਜਾਬ ਦੀ ਕਿਸੇ ਜੇਲ੍ਹ ਨੂੰ ਹੱਥ ਲਾ ਲਓ ਹਰ ਜੇਲ੍ਹ ਦੇ ਅੰਦਰ ਫੋਨ ਨੇ ਮੇਰੇ ਕਈ ਸਾਰੇ ਕਲਾਇੰਟ ਜਿਹੜੇ ਬਾਕੀ ਜੇਲ੍ਹਾਂ 'ਚ ਬੈਠੇ ਨੇ ਦਿਹਾੜੀ 'ਚ 5 ਵਾਰੀ ਫੋਨ ਆਉਂਦਾ ਜੀ ਵਟਸਐਪ ਤੇ ਮੈਂ ਹੁਣ ਕੈਮਰਾ ਦੱਸ ਰਿਹਾ ਤੁਹਾਨੂੰ ਜੇਲ੍ਹਾਂ ਦੇ ਵਿੱਚ ਗੈਂਗਸਟਰਾਂ ਨੂੰ ਲੈ ਕੇ ਅਕਸਰ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਫੋਨ ਵੀ ਵਰਤਦੇ ਨੇ ਤੇ ਆਪਦੀ ਹਰ ਇੱਕ ਐਸ਼ੋ ਆਰਾਮ ਉਹਨਾਂ ਨੇ ਰੱਖੀ ਹੋਈ ਆ ਪਰ ਕਈ ਦਿਨ ਤੋਂ ਜੇ ਕਹੀਏ ਗੈਂਗਸਟਰ ਭੁੱਖ ਹੜਤਾਲ ਤੇ ਬਠਿੰਡਾ ਜੇਲ੍ਹ ਦੇ ਵਿੱਚ ਬੈਠਦੇ ਨੇ ਮੰਗ ਉਹਨਾਂ ਦੀ ਉੱਠਦੀ ਆ ਉਹਦੇ ਵਿੱਚ ਇੱਕ TV ਲਾਉਣ ਦੀ ਤੇ ਦੂਜਾ ਮੋਬਾਈਲ ਆ ਜਾ ਕੇ ਕਿ ਫੋਨ ਤੇ ਗੱਲਬਾਤ ਕਰਨ ਦੀ ਖੈਰ ਮੋਬਾਈਲ ਦੀ ਨਹੀਂ ਗੱਲਬਾਤ ਕਰਨ ਦੀ ਕਿ ਅਸੀਂ ਆਪਦੇ ਵਕੀਲ ਨਾਲ ਰਾਬਤਾ ਰੱਖੀਏ ਤੇ ਇਸ ਚੀਜ਼ ਨੂੰ ਲੈ ਕੇ ਜੇ ਕਿਹਾ ਜਾਵੇ ਕਿ ਰਿਟ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਮੂਵ ਕਰਨੀ ਸੀਗੀ ਪਰ ਉਸ ਤੋਂ ਪਹਿਲਾਂ ਜੇ ਕਹੀਏ ਕਿ ਗ੍ਰਹਿ ਮੰਤਰੀ ਕਿਉਂਕਿ ਭਗਵੰਤ ਮਾਨ ਨੇ ਤੇ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਦੇਖਦੇ ਹੋਏ ਜੇਲ੍ਹ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਉਹਨੂੰ ਇਸ ਮਾਮਲੇ ਨੂੰ ਦੇਖਣ ਵਾਸਤੇ ਕਹਿ ਦਿੱਤਾ ਗਿਆ ਕਿ ਆਖਰ ਵਿੱਚ ਕੀ ਬਿਹਤਰ ਕੀਤਾ ਜਾ ਸਕਦਾ ਬਾਕੀ ਸਾਡੇ ਨਾਲ ਉਹਨਾਂ ਦੇ ਵਕੀਲ ਹੈਗੇ ਨੇ ਕਿ ਜਿਹੜੇ ਗੈਂਗਸਟਰ ਪੱਖ ਤੋਂ ਅੱਗੇ ਗੱਲ ਰੱਖ ਰਹੇ ਸੀ ਵਿਕਰਮ ਸਤਪਾਲ ਆਨੰਦ ਵਕੀਲ ਸਾਹਿਬ ਦੇਖਿਆ ਜਾਵੇ ਗੈਂਗਸਟਰ ਤਾਂ ਵੈਸੇ ਹੀ ਮਸ਼ਹੂਰ ਨੇ ਕਹਿੰਦੇ ਤਾਂ ਬਈ ਫੋਨ ਵਰਤਦੇ ਨੇ ਤੇ ਇਹ ਕਹਿੰਦੇ ਸਾਡੀ ਗੱਲਬਾਤ ਨਹੀਂ ਹੋ ਰਹੀ ਹੈ ਬਈ ਬਠਿੰਡਾ ਜੇਲ੍ਹ 'ਚ ਬਈ ਮੋਬਾਈਲਸ ਨਹੀਂ ਅਲਾਊਡ ਹੈਗੇ ਔਰ ਜਨਰਲੀ ਉਹਨਾਂ ਕੋਲ ਮੋਬਾਈਲ ਕਿਸੇ ਕੋਲ ਨਹੀਂ ਹੈਗੇ ਬਾਕੀ ਜੇਲ੍ਹਾਂ 'ਚ ਮੋਬਾਈਲ ਹੈਗੇ ਪਰ ਬਈ ਉਹ ਮੋਬਾਈਲ ਇਹ ਆਪ ਹੀ ਦਿੰਦੇ ਨੇ ਜੀ ਜਿਹੜੇ ਬਾਕੀ ਜੇਲ੍ਹਾਂ 'ਚ ਮੋਬਾਈਲ ਇਹਨਾਂ ਕੋਲ ਪਹੁੰਚਦੇ ਨੇ ਬਈ ਇਹ ਆਪ ਹੀ ਮਹੱਈਆ ਕਰਾਉਂਦੇ ਨੇ ਇਹਨਾਂ ਨੇ ਪੈਸੇ ਰੱਖੇ ਹੋਏ ਆ ਬਈ ਕੀ ਜਿਹੜਾ ਛੋਟਾ ਫੋਨ ਹੈ ਉਹ 10,000 ਰੁਪਏ ਦਾ ਜਿਹੜਾ ਟੱਚ ਸਕਰੀਨ ਫੋਨ ਹੈ ਜਿਹਦੇ ਤੇ ਵਟਸਐਪ ਚੱਲ ਸਕੇ ਉਹ 50,000 ਰੁਪਏ ਦਾ ਪਰ ਗੱਲ ਇਹ ਹੈ ਵੀ ਇਹ ਮਸਲਾ ਕਿਉਂ ਉੱਠਿਆ ਹੜਤਾਲ ਤੇ ਬੈਠਣਾ ਵੱਡੀ ਗੱਲ ਹੁੰਦੀ ਹੈ ਚਲੋ ਚਾਹੇ ਗੈਂਗਸਟਰ ਨੇ ਕਿ ਜਿੰਨਾ ਚਿਰ ਕਨਵਿਕਟਡ ਨਹੀਂ ਹੁੰਦੇ ਆਪਾਂ ਕਹਿੰਦੇ ਆ ਵੀ ਉਹਨਾਂ ਦੇ ਵੀ ਰਾਈਟ ਉਹ ਨਹੀਂ ਬਣਦੇ ਨੇ ਪਰ ਆਖਰਕਾਰ ਮਸਲਾ ਉੱਠਿਆ ਕਿਉਂ ਇਹਨਾਂ ਨੂੰ ਟੀਵੀ ਕਿਉਂ ਚਾਹੀਦਾ ਇਹਨਾਂ ਨੂੰ ਸਰ ਟੀਵੀ ਤਾਂ ਇਸ ਕਰਕੇ ਚਾਹੀਦਾ ਜੀ ਕਿ ਫਿਰੋਜ਼ਪੁਰ ਜੇਲ੍ਹ ਹੈ ਜਿਵੇਂ ਜਾਂ ਹੋਰ ਜੇਲ੍ਹਾਂ ਨੇ ਉੱਥੇ ਟੀਵੀ ਅਲਾਊਡ ਨੇ ਔਰ ਬਈ ਜਿਹੜੀ ਡਿਮਾਂਡ ਹੈ ਟੀਵੀ ਦੀ ਕੋਈ ਇਹ ਡਿਮਾਂਡ ਨਹੀਂ ਕਿ ਵੀ ਸਾਨੂੰ ਟਾਟਾ ਸਕਾਈ ਲਵਾ ਕੇ ਦਿੱਤਾ ਜਾਵੇ ਜਾਂ ਸਾਨੂੰ IPL ਵੇਖਣੀ ਹੈ ਸਿਰਫ ਇਹ ਹੈ ਵੀ ਕੋਈ ਜਿਹੜਾ ਫ੍ਰੀ ਚੈਨਲ ਦੂਰਦਰਸ਼ਨ ਚੱਲਦਾ ਜਿਹਦੇ 'ਚ ਕੋਈ ਖਬਰਾਂ ਸੁਣ ਸਕਣ ਜਾਂ ਕੋਈ ਭਗਤੀ ਵਾਲਾ ਕੋਈ ਚੈਨਲ ਵੇਖ ਸਕਣ ਸਿਰਫ ਉਹ ਡਿਮਾਂਡ ਹੈ ਔਰ ਇਹ ਡਿਮਾਂਡ ਸੁਪਰੀਮ ਕੋਰਟ ਵੀ ਕਹਿੰਦੀ ਹੈ ਕਿ ਮਿਲਣੀ ਚਾਹੀਦੀ ਹੈ ਜਿਹੜੇ ਫ੍ਰੀ ਚੈਨਲਸ ਨੇ ਦੂਰਦਰਸ਼ਨ ਵਾਲੇ ਉਹ ਜੇਲ੍ਹਾਂ 'ਚ ਹੋਣੇ ਚਾਹੀਦੇ ਨੇ ਸੁਪਰੀਮ ਕੋਰਟ ਕਹਿੰਦੀ ਹੈ ਵਿਰੇਸ਼ ਛੰਡਾਲਿਆ ਜੀ ਦੀ ਉਹਨਾਂ ਨੇ ਪਟੀਸ਼ਨ ਪਾਈ ਸੀ ਜੀ ਜਦੋਂ ਬਨੂੜ ਜੇਲ੍ਹ 'ਚ ਸੀਗੇ ਨਾ ਸੋਰੀ ਬਨੂੜ ਨਹੀਂ ਅੱਜ ਜਿਹੜੀ ਅਟਾਵਾ ਜੇਲ੍ਹ ਹੈ ਇੱਥੇ ਉਦੋਂ ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜੇ ਦੂਰਦਰਸ਼ਨ ਵਾਲੇ ਚੈਨਲ ਨੇ ਜੇ ਭਗਤੀ ਵਾਲੇ ਚੈਨਲ ਨੇ ਖਬਰਾਂ ਵਾਲੇ ਨੇ ਉਹ ਇਹਨਾਂ ਨੂੰ ਜੇਲ੍ਹਾਂ 'ਚ ਮੁਹੱਈਆ ਕਰਾਉਣੇ ਚਾਹੀਦੇ ਨੇ ਛੋਟੇ ਛੋਟੇ ਸਮੇਂ ਵਾਸਤੇ ਪਰ ਇਹਦੇ 'ਚ ਫਿਰ ਜਿਹੜੀ ਇਹਨਾਂ ਨੇ ਫੋਨ ਤੇ ਗੱਲਬਾਤ ਦੀ ਕਰੀ ਕੀ ਗੱਲ ਕਰਨਾ ਚਾਹੁੰਦੇ ਨੇ ਕਿਸੇ ਦੇ ਨਾਲ ਕਿਉਂਕਿ ਫੋਨ ਦੇ ਵੈਸੇ ਕਿ ਇੱਕ ਲਿਮਿਟਡ ਤਾਂ ਕਹਿੰਦੇ ਯੂਜ਼ ਹੈਗਾ ਸ਼ਾਇਦ ਜੇਲ੍ਹ ਦੇ ਵਿੱਚ ਬਿਲਕੁਲ ਸਰ ਪਹਿਲੇ ਫੋਨ ਕਾਲਸ 5 ਅਲਾਊਡ ਸੀ ਵੀ ਇੱਕ ਦਿਨ 'ਚ ਇਹ 5 ਨੰਬਰਾਂ ਤੇ ਕਾਲ ਕਰ ਸਕਦੇ ਆ ਜੇਲ੍ਹ ਦੇ ਲੈਂਡਲਾਈਨ ਤੋਂ ਹੁੰਦੀ ਆ PCO ਤੋਂ ਜੇਲ੍ਹ ਦੇ PCO ਤੋਂ ਫਿਰ 5 ਤੋਂ ਘਟਾ ਕੇ 3 ਕਰਤੀ
हुण फिर पंज करतियां दुबारे तो रीसेंटली दो चार दिन पहले। प्रॉब्लम असल इशू यही है फोन कॉल्स का, इशू यह है सर कि ये कहंदे ने भी सारे ए कैटेगरी के गैंगस्टर ने, जो असि हाई कोर्ट च बेल फाइल करते हैं उदो इन्हों का कस्टडी सर्टिफिकेट आंदा उनके ते 20 तो 25 केस लिखे हुए। हुण प्रॉब्लम इत्थे यह है कि फोन कॉल तो सिर्फ पंज कर सकते हैं, पंज चलो एक आपके घरे कर ली मदर फादर नूं। हुण जिहड़े जे कोई बंदा ए कैटेगरी का गैंगस्टर है गगन जज है फॉर एग्जाम्पल, उत्ते मन्नो 20 केस ने, ठीक है, कॉल तो पंज ही कर सकता है, ते वो आपके एडवोकेट नाल किवें गल करूगा, उहदे केस किवें चलणगे। तुसीं यकीन जाणियो वीर जी भी 2015 दे केस पेंडिंग पए ने और ट्रायल नहीं शुरू होया अजे तक। 2015 तो केस पेंडिंग पए ने, मैं तुहाडे ऑन रिकॉर्ड बोल रहा, और अजे तक ट्रायल नहीं शुरू होया। फिर वो सिर्फ इसे करके है क्योंकि मैं मेरे एडवोकेट नाल गल ही नहीं कर सकता, मेरे केस की पैरवी कौन करे, मदर मेरी बुजुर्ग है, होर मेरे घर कोई है नहीं गा, फोन भी नहीं है कि आप कोई भी नहीं आता, जे कोई मगर आंदा भी है तो पुलिस वाले तंग करना शुरू कर देंगे, और किसी केस च कन्विक्शन नहीं। असि तो चलो हाई कोर्ट च केस लड़ रहे हैं सिर्फ इस करके भी मेरा क्लाइंट है, मैं ओदे वाले दी गल करा, वो गल गलत है। जेन्युइनली भाई तुसी केस वेखो तो बस एवं केसा दे नाम पाए भाई, क्योंकि हाँ इतने 10 केस चल एक होर पै जाए। पर इहदे च हुण जे देखिया जावे हजे रिट रोक ली आ, इहदे च क्यों आखिर की जवाब सरकार कन्नी जवाब आ गया जी? असि सरकार नूं मेल पाई सी, साडी रिट तैयार सी, असि कल सुबह रिट फाइल करनी सी, लेकिन उस तों पहले भगवंत मान साहब का सानू ऑफिस चो सीएमओ ऑफिस चो मेल का जवाब आ गया। उन्दे चो उन्हां ने जिहड़ा एडमिनिस्ट्रेटिव है सैकटरी जेल्स एंड जेल सुपरिटेंडेंट उन्हां नू ए ऑर्डर करते ने कि भी फॉलो अप करो। सो ए बड़ा पॉजिटिव नोट ते सरकार ने करिया है, सो असी वेट करते हैं भी इन्दे चे अगे की पॉजिटिव निकल के आउंदा। ते दूजे पासे जिहड़ा हुण जिवें इह उन्होंने चलो फॉरवर्ड करता है, हुण फिर उन्होंने स्ट्राइक का कोई समा रखा जां हजे कंटिन्यू ते किन्ने दिन तो चल रही है स्ट्राइक? नूं चलदे नूं ब्रदर ऑलमोस्ट 60 घंटे तो उपर हो चुका जी समा। अच्छा। और इह स्ट्राइक उन्होंने अकॉर्डिंगली कंटिन्यू रहेगी जद तक उन्होंने मसले हल नहीं। परेशानी है, हड़ताल चल दिया, जे किसी कुछ हो गया ओदा जिम्मेवार कौन होगा? वैसे जे देखा जाए जिवें कहीए कि एक कानून की कैटेगरी होंदी है, एक समाज की होंदी है, कानून की कैटेगरी दे विच तां इन्हां दे सारे राइट्स भी बोलदे आ ते जदों तक दोषी नहीं ठहराए जांदे, पर समाजिक तौर ते तुहानूं लगदा भी इन्हां दे नाल लोकां दी सिमती है, अगला कहिंदा यार इहदे कड़ा कोई इत्थे धर्मकांड करके अंदर गए नेगे, इह तां इक माड़े कम्मां नूं गए वे। बिल्कुल ठीक है गल ओह वाली, बट लेकिन फंडामेंटल राइट तां सारिआं दे ने, और हजे तक बई जी मैं इह गल दसणी चाहुंदा वी जिहड़े मेरे क्लाइंट ने पर्टिकुलरली जिहड़े जिन्हां नूं इह चारा पंजां नूं ए कैटेगरी दा गैंगस्टर दसदे आ, कन्विक्शन किसे केस च नहीं होई, एक्विटल तो ही है। जे एडे ही माड़े सीगे ते फिर सजा क्यों नहीं हुंदी? आए तो नहीं भी हरेक कोई डर जांदा इहनां कोलों, एडे तां नहीं फन्ने खां हैगे इह भी। सिस्टम रुकदा क्यों नहीं है? आखिर देखा जाए लूज पोल कित्थे रह जांदा? लूज पोल करप्शन ही है जी, हुण इन्नियां इन्नियां तनखावां लैंदे ने जी जेल वाले, फिर भी जे काम करन ते माड़ी गल है जी। जे जेलां च मोबाइल जाने बंद हो जाए क्राइम खत्म हो जाएगा जी। बठिंडे जेल की गल नहीं करते, बठिंडे जेल चलो पता है जैमर बहुत तगड़े ने, और बहुत अच्छी सिक्योरिटी वाइज बठिंडा जेल नंबर एक ते है जी पंजाब च, बहुत वधिया सिक्योरिटी स्टाफ है अंदर उहदे, इसे करके उत्थे मोबाइल नहीं चलते। बाकी पंजाब की किसी जेल नूं हथ ला लो, हर जेल अंदर फोन ने, मेरे कई सारे क्लाइंट जिहड़े बाकी जेलां च बैठे ने दिहाड़ी च 5 वारी फोन आउंदा जी व्हाट्सएप ते। मैं ऑन कैमरा दस रहा तुहानूं, मैं इही कहण लगा वी तुसीं ऑन कैमरे कही जांदे हो। बिल्कुल कई जेलां च बंदे बैठे ने जी 5-5 वारी फोन करदे ने। चलो ये मसले नूं लगदा भी तुसीं किरां इहनूं पॉजिटिव वे नाल देख रहे हो भी आखिर रिट तो बिना ही जे मसला हल हो जाए, नहीं फिर तुसीं करोगे मूव? जी 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 बिल्कुल जी सर, ये बड़ा बहुत वधिया वेलकम स्टेप है जी सरकार दा, और ये बहुत असीं पॉजिटिव नोट ते इहनूं लै रहे हां, और हजे असीं रिट पटीशन नूं होल्ड कर लिया, बिकॉज असीं ये नहीं चाहुंदे भी ये भी चलदा रहे ते रिट पटीशन भी फाइल कर दी उह गलत हो जाएगा। सो वील वेट, असीं वेट करांगे एक अद्धे दो दिन दी भी इत्थों की निकलदा, जे कुछ पॉजिटिव रिजल्ट नहीं निकलता एज फार एज जिहड़े बुंज हड़ताल ते बैठे है, फिर असीं रिट फाइल ही करनी है, तैयार तो करी बैठे। जिन्हें जिन्ने केस ने बिल्कुल जिन्ने केस ने, ताकि अगला अपने वकील नाल ते गल कर सके, अपना केस तो चला सके।
बिल्कुल, क्योंकि आखिरकार कितना कितने वकील साहब का कहना है कि जेड़े अंदर बंद ने गैंगस्टर आखिर आपके वकीलों के नाल गलबात कर सकन ते आपके केस की परवाही कर सकन, इस करके असीं मंग रहे हैं। दूजे पास टीवी नूं लैके उन्होंने क्लीयर करता, वो कहिंदे कोई असीं यह नहीं है भी एंटरटेनमेंट चैनल देख रहे हैं, वो कहिंदे भी आखिरकार एक उत्थे सोर्स होना चाहिए जिहदे नाल असीं देख सकीए, उहदे नाल सानू कम से कम यह होजूगा भी इस देश दुनिया के नाल जुड़े रहांगे, सानू पता लगता रहूगा। खैर भगवंत मान सरकार ने हुण फॉरवर्ड करती है, उस बाद कहिंदे भी असीं उन्ना चिर रेट रोकती है जिन्ना चिर कोई जवाब पुख्ता रूप दे विच नहीं आउंदा हैगा। वीडियो जर्नलिस्ट अमन दे नाल सुख सिंह रोजाना सुख सिंह टीवी चंडीगढ़।